ਤੋੜਦਾ ਗੱਲੀ ਬਾਤੀ ਇੱਥੇ ਸਾਨੂੰ ਬੜੇ ਮਾਰਦੇ ਹਾਂਜੀ ਭਾਈ ਜੀ ਅੱਜ ਆਪਾਂ ਚੱਲੇ ਹਾਂ ਗਰੋਸਰੀ ਕਰਨ ਮੁੰਡੇ ਦੀ ਪਹਿਲੀ ਗਰੋਸਰੀ ਕੈਨੇਡਾ ਦੇ ਵਿੱਚ ਰਾਸ਼ਨ ਲੈਣ ਚੱਲੇ ਹਾਂ ਨਾਲੇ ਦਿਖਾਉਂਦੇ ਹਾਂ ਤੁਹਾਨੂੰ ਪਹਿਲੀ ਫਸਟ ਡੇ ਇਨ ਕੈਨੇਡਾ ਡੂਇੰਗ ਗਰੋਸਰੀ ਇਹ ਦੇਖੋ ਇਹ ਡੈਮੋ ਹੋ ਰਿਹਾ ਪੱਗ ਵਾਲੇ ਬੰਦੇ ਨੇ ਕਿਤੇ ਅੱਛਾ ਲੈ ਨੀ ਲੈ ਮੈਨੂੰ ਗੱਠ ਦਾ ਨੀ ਪਤਾ ਸੀ ਇਹਦਾ ਹੁਣ ਸਿਹਰਾ ਲਾਇਆ ਕਿੱਥੇ ਚੱਲੇ ਹਾਂ ਅੱਜ ਆਪਾਂ ਅੱਜ ਆਪਾਂ ਲੈਣ ਚੱਲੇ ਹਾਂ ਬੈੱਡ ਬੈੱਡ ਸਿਮ ਕਾਰਡ ਬੈੱਡ ਅਤੇ ਸਿਮ ਕਾਰਡ ਅੱਜ ਪਹਿਲੇ ਦਿਨ ਹੈਗਾ ਆ ਸਕਾਰਬਰੋ ਦੇ ਵਿੱਚ ਬੇਸਿਕਲੀ ਹੈ ਨਾ ਤਕਰੀਬਨ ਪਹਿਲਾ ਦਿਨ ਹੀ ਹੈ ਆਪਾਂ ਬਾਹਰ ਚੱਲੇ ਹਾਂ ਹਾਂ ਪਹਿਲੇ ਕੱਲ੍ਹ ਰਾਤ ਨੂੰ ਗਰੋਸਰੀ ਕਰਕੇ ਆਏ ਸੀਗੇ ਆਪਾਂ ਅਤੇ ਬਾਕੀ ਸਟੋਰ ਸਾਰੇ ਬੰਦ ਹੋ ਗਏ ਸੀ ਅਤੇ ਫਿਰ ਅੱਜ ਆਪਾਂ ਕਰਾਂਗੇ ਅੱਜ ਬੈੱਡ ਅਤੇ ਮੈਟਰਸ ਲੈ ਕੇ ਆਉਣਾ ਅਤੇ ਸਿਮ ਹੋਰ ਦੋ ਚਾਰ ਚੀਜ਼ਾਂ ਗਰੋਸਰੀ ਦੀਆਂ ਵੀ ਰਹਿ ਗਈਆਂ ਸੀ ਮਿਲੀਆਂ ਨਹੀਂ ਸੀ ਉਹ ਵੀ ਲੈ ਕੇ ਆਉਣੀਆਂ ਨੇ ਹਾਂ ਸੋ ਬੇਸਿਕਲੀ ਫਸਟ ਡੇ ਇਨ ਕੈਨੇਡਾ ਕਿ ਨਹੀਂ ਚਲੋ ਕੀ ਚਲੋ ਦੇਖੋ ਜੀ ਅਸੀਂ ਇੱਕ ਗੱਲ ਭੁੱਲ ਗਏ ਸੀ ਕਿ ਆਪਾਂ ਪਰ ਨਹੀਂ ਸਿਮ ਤਾਂ ਲੈਣੀ ਆ ਕੱਲ੍ਹ ਕਿਹੜੀ ਭੁੱਲ ਗਏ ਸੀ ਆਪਾਂ ਕੱਲ੍ਹ ਕੀ ਲੈਣਾ ਆ ਹੋਰ ਮਿਕਸੀ ਉਹਨਾਂ ਨਾ
ਪ੍ਰੈਸਟੋ ਹਾਂ ਪਹਿਲਾਂ ਸਿਮ ਲੈਣਾ ਪ੍ਰੈਸਟੋ ਲੈਣਾ ਫਿਰ ਵਾਪਸੀ ਵੇਲੇ ਵਾਲਮਾਰਟ ਤੋਂ ਆਪਾਂ ਦੋ ਚਾਰ ਚੀਜ਼ਾਂ ਚੱਕਣੀਆਂ ਨੇ ਲੈਸਾਂ ਲੱਗੀਆਂ ਹੋਈਆਂ ਲੈਸਾਂ ਕੀ ਲੈ ਲਿਆ ਬਈ ਫਿਰ ਭਾਈ ਪ੍ਰੈਸਟੋ ਲੈ ਲਿਆ ਨਵਾਂ ਸਿਮ ਕਾਰਡ ਲੈ ਲਿਆ ਅਤੇ ਹੋਰ ਤਾਂ ਨਹੀਂ ਆਉਣਾ ਕੁਛ ਲਿਆ ਬੈਡ ਰਹਿ ਗਿਆ ਹਾਂ ਬੈਡ ਆਪਾਂ ਦੇਖਦੇ ਹਾਂ ਕਿਉਂਕਿ ਨੇੜੇ ਤੇੜੇ ਸਟੋਰ 'ਚ ਹੈ ਨਹੀਂ ਉਹ ਪੈ ਰਹੀ ਹੈ ਬੈਡ ਨਾਲੋਂ ਮਹਿੰਗੀ ਡਿਲੀਵਰੀ ਪੈ ਰਹੀ ਹੈ ਸੋ ਦੇਖਦੇ ਹਾਂ ਘਰ ਜਾ ਕੇ ਔਨਲਾਈਨ ਫਿਗਰ ਆਊਟ ਕਰਦੇ ਹਾਂ ਕੁਛ ਨਾ ਕੁਛ ਸਸਤਾ ਅਤੇ ਟਿਕਾਊ ਕੰਮ ਹੁਣ ਜਾ ਕੇ ਖਾਂਦੇ ਹਾਂ ਰੋਟੀ ਸਵੇਰ ਦੀ ਰੋਟੀ ਨਹੀਂ ਖਾਧੀ ਸੀ ਥੋੜ੍ਹਾ ਜਿਹਾ ਖਾ ਕੇ ਤੁਰੇ ਫਿਰਦੇ ਹਾਂ ਕੀ ਹੋ ਗਿਆ ਦੇਖ ਲੈ